ਗੁੱਡ ਈਵਨਿੰਗ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਐਸ ਡਬਲਯੂ ਸਟੱਡੀ ਫੋਰ ਜੋਬ ਦੇ, ਤੁਸੀਂ ਰਹੇ ਐਮ ਐਸ ਡਬਲਯੂ ਸਟੱਡੀ ਫੋਰ ਜੋਬ, ਔਰ ਗੱਲ ਕਰਾਂਗੇ ਪੀ ਐਸ ਟੈਟ ਦਾ ਜੋ ਕਿ ਐਲਾਨ ਕਰ ਦਿੱਤਾ ਕਿ 17 ਤਰੀਕ ਨੂੰ ਜਿਹੜਾ ਐਗਜ਼ਾਮ ਹੋਣ ਜਾ ਰਿਹਾ 11ਵੇਂ ਮਹੀਨੇ ਦੇ ਵਿੱਚ, ਜਿਸ ਨੂੰ ਆਪਾਂ 17 ਨਵੰਬਰ ਬੋਲ ਸਕਦੇ ਹਾਂ, ਔਰ ਉਸ ਲਈ ਜਿਹੜਾ ਪੀ ਡੀ ਐਫ ਨੋਟਸ ਜਿਹੜਾ ਤੁਹਾਡੇ ਸੋਸ਼ਲ ਸਾਇੰਸ ਜੋ ਕਿ 60 ਨੰਬਰਾਂ ਦੀ ਪੁੱਛੀ ਜਾਂਦੀ ਹੈ, ਔਰ ਜੋ ਕਿ 6ਵੀਂ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਦੇ ਜਿਹੜੇ ਕੁਐਸਚਨ ਪੁੱਛੇ ਜਾਂਦੇ ਨੇ ਸੋਸ਼ਲ ਸਾਇੰਸ ਦੇ, ਜਿਸ ਨੂੰ ਆਪਾਂ ਸਮਾਜਿਕ ਸਿੱਖਿਆ ਬੋਲ ਸਕਦੇ ਹਾਂ, ਔਰ ਉਸਦੇ ਪੀ ਡੀ ਐਫ ਨੋਟਸ ਜਿਹੜੇ ਤੁਹਾਨੂੰ ਬਿਲਕੁਲ ਸਮਾਲ ਕੋਸਟ ਦੇ ਵਿੱਚ ਜਿਹੜਾ ਪ੍ਰੋਵਾਈਡ ਕਰਾਏ ਜਾ ਰਹੇ ਆ, ਔਰ ਇਸ ਤੋਂ ਪਹਿਲਾਂ ਇਹ ਪੀ ਡੀ ਐਫ ਨੋਟਸ ਤੁਹਾਨੂੰ 10 ਰੁਪੀਸ ਦੇ ਵਿੱਚ ਹੀ ਦਿੱਤੇ ਗਏ ਸੀ, ਔਰ ਅੱਜ ਇਹਨਾਂ ਦੀ ਜਿਹੜੀ ਕੀਮਤ ਰੱਖੀ ਗਈ ਉਹ ਵੀ ਤੁਹਾਨੂੰ ਦੱਸਾਂਗੇ ਕਿੰਨੀ ਹੈਗੀ ਆ, ਔਰ ਸਿਰਫ 5 ਦਿਨਾਂ ਦੇ ਔਫਰ ਦੇ ਵਿੱਚ ਤੁਸੀਂ ਇਹ ਪੀ ਡੀ ਐਫ ਨੋਟਸ ਲੈ ਸਕਦੇ ਹੋ, ਉਸ ਤੋਂ ਬਾਅਦ ਇਹਦੀ ਕੀਮਤ ਜਿਹੜੀ ਥੋੜ੍ਹੀ ਜਿਹੀ ਗੇਨ ਹੋ ਸਕਦੀ ਹੈ, ਔਰ ਤੁਹਾਨੂੰ ਮੈਂ ਸਾਰੇ ਨੋਟਸ ਦਿਖਾ ਦਿੰਦਾ, ਔਰ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ, ਔਰ ਜੋ ਲੈਣਾ ਚਾਹੁੰਦਾ ਨੋਟਸ ਲੈ ਸਕਦਾ, ਔਰ ਤੁਹਾਨੂੰ ਮੈਥਡ ਦੱਸ ਦੇਵਾਂਗੇ ਕਿਸ ਤਰ੍ਹਾਂ ਤੁਸੀਂ ਨੋਟਸ ਪ੍ਰਾਪਤ ਕਰਨਾ, ਔਰ ਮੈਂ ਇੱਕ ਵਾਰੀ ਤੁਹਾਨੂੰ ਨੋਟਸ ਸਾਰੇ ਕੰਪਲੀਟ ਦਿਖਾ ਦਿੰਦਾ, ਔਰ ਜਿਸ ਦੇ ਵਿੱਚ 6ਵੀਂ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਦੇ ਸਾਰੇ ਹੀ ਕੁਐਸਚਨ ਕਵਰ ਕੀਤੇ ਜਾਣਗੇ, ਔਰ 60 ਦੇ ਵਿੱਚੋਂ ਲਗਭਗ ਤੁਹਾਡੇ 50 ਅੰਕ ਜਿਹੜੇ ਇੱਥੋਂ ਹੀ ਆ ਜਾਣਗੇ, ਔਰ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਪਵੇਗੀ, ਔਰ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਨੋਟਸ ਹੈਗੇ ਆ, ਔਰ ਜੀਓਗ੍ਰਾਫੀ ਹੈਗੀ ਹੈ ਸਭ ਤੋਂ ਪਹਿਲਾਂ, ਔਰ ਜੀਓਗ੍ਰਾਫੀ ਦੇ ਨਾਲ ਨਾਲ ਵੀ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗੀ, ਫਿਰ ਕਹਿ ਸਕਦੇ ਹਾਂ ਆਪਾਂ ਇੱਕ ਇੱਕ ਕਲਾਸ ਦੀ ਜਿਹੜੀ ਜੀਓਗ੍ਰਾਫੀ ਤੋਂ ਬਾਅਦ ਸਿਵਿਕਸ ਹੋਏਗੀ, ਇਸ ਤਰ੍ਹਾਂ ਸਿਵਿਕਸ ਤੋਂ ਬਾਅਦ ਫਿਰ ਹਿਸਟਰੀ ਹੋਏਗੀ, ਠੀਕ ਹੈ। ਆ ਦੇਖੋ ਇਹ 7ਵੀਂ ਕਲਾਸ ਦੀ ਜੇ ਗੱਲ ਕੀਤੀ ਜਾਵੇ ਜੀਓਗ੍ਰਾਫੀ ਹੋਏਗੀ, ਉਸ ਤੋਂ ਬਾਅਦ ਫਿਰ ਨੈਕਸਟ ਤੁਸੀਂ ਚੱਲੋਗੇ ਇਸ ਤਰ੍ਹਾਂ 7ਵੀਂ ਕਲਾਸ ਦੀ ਹਿਸਟਰੀ ਆਏਗੀ, ਔਰ ਉਸੇ ਤਰ੍ਹਾਂ ਅੱਗੇ ਸਿਵਿਕਸ ਆਏਗੀ, ਇਸ ਤਰ੍ਹਾਂ 8th ਕਲਾਸ ਦੀ ਆਏਗੀ, ਠੀਕ ਹੈ। ਕੰਪਲੀਟ ਸਟੱਡੀ ਨੋਟਸ ਤਾਂ ਹੈਗੇ ਆ, ਉਹ ਬੈਸਟ ਸਟੱਡੀ ਨੋਟਸ ਹੈਗੇ ਆ, ਔਰ ਤੁਸੀਂ ਇੱਥੋਂ ਹੀ ਕੁਆਲੀਫਾਈ ਕਰ ਸਕਦੇ ਹੋ। ਜੇਕਰ ਨੋਟਸ ਲੈਣਾ ਚਾਹੁੰਦੇ ਹੋ, ਮੈਂ ਤੁਹਾਨੂੰ ਮੈਥਡ ਦੱਸਦਾ ਕਿਸ ਤਰ੍ਹਾਂ ਪ੍ਰਾਪਤ ਕਰਨੇ ਆ, ਔਰ ਤੁਸੀਂ ਦੇਖ ਸਕਦੇ ਹੋ ਜਿਹੜਾ ਨੋਟਸ ਲੈਣ ਦਾ ਤਰੀਕਾ ਰਹੇਗਾ ਉਹ ਹੈਗਾ 30 ਰੁਪੀਸ ਓਨਲੀ ਹੋਏਗਾ 5 ਡੇਜ਼, ਠੀਕ ਆ। ਪਹਿਲੇ 5 ਡੇਜ਼ ਅੱਜ ਤੋਂ ਤੁਸੀਂ ਜੇਕਰ ਇਹ ਨੋਟਸ ਲੈਣਾ ਚਾਹੁੰਦੇ ਹੋ, ਠੀਕ ਹੈ, ਓਨਲੀ 30 ਰੁਪੀਸ ਤੁਹਾਨੂੰ ਮਿਲ ਜਾਣਗੇ, ਠੀਕ ਹੈ। ਸਾਰਾ ਹੀ ਜਿਹੜਾ 6th ਕਲਾਸ ਤੋਂ ਲੈ ਕੇ 8th ਕਲਾਸ ਤੱਕ ਕਵਰ ਤੁਹਾਡਾ ਹੋ ਜਾਏਗਾ ਸੋਸ਼ਲ ਸਾਇੰਸ, ਔਰ ਨੈਕਸਟ ਆਲ ਡੇ ਜਿਹੜਾ ਤੁਹਾਨੂੰ ਨੋਟਸ ਇਹ 50 ਰੁਪੀਸ ਦੇ ਵਿੱਚ ਦੇਖਣ ਨੂੰ ਮਿਲਣਗੇ, ਠੀਕ ਹੈ, ਔਰ 50 ਤੋਂ ਵੀ ਗੇਨ ਹੋ ਸਕਦੇ ਆ, ਔਰ ਤੁਹਾਡੇ ਕੋਲ 5 ਡੇਜ਼ ਹੈਗੇ ਆ ਕਿ ਤੁਸੀਂ ਇਹ ਨੋਟਸ ਓਨਲੀ ਓਨ ਜਿਹੜਾ 30 ਰੁਪੀਸ ਦੇ ਵਿੱਚ ਲੈ ਸਕਦੇ ਹੋ, ਔਰ ਕੋਈ ਵੀ ਇੱਥੇ ਤੁਹਾਡੇ ਲਈ ਕੋਈ ਧੋਖਾ ਨਹੀਂ ਕੀਤਾ ਜਾਏਗਾ, ਕੋਈ ਫੇਕ ਨਹੀਂ ਹੋਏਗਾ, ਠੀਕ ਆ। ਜਦੋਂ ਹੀ ਤੁਸੀਂ ਵਟਸਐਪ 'ਤੇ ਸਾਨੂੰ ਇਸ ਤਰ੍ਹਾਂ ਸਕਰੀਨਸ਼ਾਟ ਭੇਜੋਗੇ, ਔਰ ਸਾਡੇ ਵਟਸਐਪ ਨੰਬਰ ਰਹੇਗਾ, ਠੀਕ ਹੈ, ਔਰ ਵਟਸਐਪ ਨੰਬਰ ਰਹੇਗਾ 9877831752, ਔਰ ਇਸ ਵਟਸਐਪ ਨੰਬਰ 'ਤੇ ਤੁਸੀਂ ਸਕਰੀਨਸ਼ਾਟ ਭੇਜੋਗੇ ਪੇਮੈਂਟ ਦਾ। ਪੇਮੈਂਟ ਤੁਸੀਂ ਕਿਸ ਤਰ੍ਹਾਂ ਕਰਨੀ ਹੈ ਮੈਂ ਤੁਹਾਨੂੰ ਉਹ ਦੱਸਦਾ, ਔਰ ਪੇਟੀਐਮ ਹੈ ਤੁਹਾਡੇ ਕੋਲ ਉਸ ਤਰ੍ਹਾਂ ਕਰ ਸਕਦੇ ਹੋ, ਔਰ ਪੇ ਫੋਨ ਹੈ ਉਸ ਰਾਹੀਂ ਵੀ ਕਰ ਸਕਦੇ ਹੋ, ਔਰ ਗੂਗਲ ਪੇ ਚੱਲਦਾ ਤੁਹਾਡੇ ਕੋਲ ਉਸ ਰਾਹੀਂ ਵੀ ਕਰ ਸਕਦੇ ਹੋ, ਔਰ 30 ਰੁਪੀਸ ਦੀ ਓਨਲੀ ਤੁਸੀਂ ਪੇਮੈਂਟ ਕਰਨੀ, ਕਿਉਂਕਿ ਜਦੋਂ ਹੀ ਤੁਸੀਂ ਪੇਮੈਂਟ ਸਕਸੈਸਫੁਲ ਹੋਏਗੀ ਤੁਹਾਡੇ ਕੋਲ ਇੱਕ ਸਕਰੀਨਸ਼ਾਟ ਉਸਦਾ ਲੈ ਲੈਣਾ ਪੇਮੈਂਟ ਦਾ, ਔਰ ਇਸੇ ਵਟਸਐਪ ਨੰਬਰ 'ਤੇ ਤੁਸੀਂ 9878731752 'ਤੇ ਤੁਸੀਂ ਜਿਹੜਾ ਉਹ ਸਕਰੀਨਸ਼ਾਟ ਭੇਜ ਦੇਣਾ, ਔਰ ਜਦੋਂ ਹੀ ਤੁਹਾਡਾ ਸਕਰੀਨਸ਼ਾਟ ਰਿਸੀਵ ਹੋਏਗਾ, ਮੈਸੇਜ ਤੁਹਾਡਾ ਰਿਸੀਵ ਹੋ ਗਿਆ, ਤੁਰੰਤ ਹੀ ਜਿਹੜਾ ਤੁਹਾਨੂੰ ਇਹ ਪੀ ਡੀ ਐਫ ਨੋਟਸ ਜਿਹੜਾ ਪ੍ਰੋਵਾਈਡ ਕਰਾ ਦਿੱਤੇ ਜਾਣਗੇ, ਠੀਕ ਹੈ। ਅਗਰ ਜੇ ਤੱਕ ਤੁਸੀਂ ਪੇਟੀਐਮ ਔਰ ਗੂਗਲ ਪੇ ਔਰ ਪੇ ਫੋਨ ਨਹੀਂ ਯੂਜ਼ ਕਰ ਸਕਦੇ, ਔਰ ਤੁਹਾਨੂੰ ਇਸ ਦੇ ਬਾਰੇ ਕੋਈ ਜਾਂਚ ਨਹੀਂ ਹੈ, ਤਾਂ ਆਪਣੇ ਕਿਸੇ ਦੋਸਤ, ਮਿੱਤਰ ਔਰ ਫਰੈਂਡ ਤੋਂ ਵੀ ਤੁਸੀਂ ਜਿਹੜਾ ਪੀ ਡੀ ਐਫ ਸ਼ੇਅਰ ਕਰਾ ਸਕਦੇ ਹੋ, ਜਾਂ ਉਹਨਾਂ ਤੋਂ ਤੁਸੀਂ ਆਪਣਾ ਸਕਰੀਨਸ਼ਾਟ ਲੈ ਸਕਦੇ ਹੋ, ਔਰ ਇਸ ਵਟਸਐਪ ਨੰਬਰ 'ਤੇ ਜਿਹੜਾ ਸ਼ੇਅਰ ਕਰ ਸਕਦੇ ਹੋ। ਵਟਸਐਪ ਨੰਬਰ ਵੀ ਇਹੀ ਰਹੇਗਾ, ਔਰ ਤਿੰਨੋਂ ਹੀ ਮੈਥਡ ਜਿਹੜੇ ਪੇਮੈਂਟ ਦੇ ਉਹਨਾਂ ਲਈ ਵੀ ਇਹੀ ਨੰਬਰ ਸੇਮ ਰਹੇਗਾ, ਠੀਕ ਹੈ ਜੀ। ਆਸ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਈ, ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ, ਔਰ ਜ਼ਬਰਦਸਤੀ ਕੋਈ ਨਹੀਂ ਹੈਗੀ ਕਿਸੇ ਨਾਲ, ਜੋ ਨੋਟਸ ਲੈਣਾ ਚਾਹੁੰਦੇ ਆ ਉਹੀ ਜਿਹੜਾ ਪੇਮੈਂਟ ਕਰ ਸਕਦੇ ਆ। ਥੈਂਕ ਯੂ ਸੋ ਮਚ, ਟੇਕ ਕੇਅਰ, ਬਾਏ ਬਾਏ, ਗੁੱਡ ਈਵਨਿੰਗ।